ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਕਰਾਂਗੇ ਜਿਹੜੇ ਕਿ ਪੰਜਾਬੀ ਲਾਜ਼ਮੀ ਦਾ, ਪੰਜਾਬੀ ਵਿਆਕਰਨ ਦਾ ਜਿਹੜਾ ਕਿ ਟੋਪਿਕ ਹੈ, ਸ਼ਬਦ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਜਾਂ ਸ਼ਬਦਾਂ ਦਾ ਵਰਗੀਕਰਨ ਕਰੋ। ਠੀਕ ਹੈ, ਹਾਂਜੀ। ਸਭ ਤੋਂ ਪਹਿਲਾਂ ਆਪਾਂ ਦੱਸਾਂਗੇ ਸ਼ਬਦ ਕੀ ਹੁੰਦਾ। ਸ਼ਬਦ ਜਿਹੜੇ ਕਿ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਸਾਰਥਿਕ ਇਕਾਈ ਹੁੰਦੀ ਹੈ। ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਸਾਰਥਿਕ ਇਕਾਈ ਹੁੰਦੀ ਹੈ, ਜਿਹੜੀ ਕਿ ਸੁਤੰਤਰ ਭਾਵ ਅੰਸ਼ਾਂ ਦੇ ਰੂਪ ਦੇ ਵਿੱਚ ਹੁੰਦੀ ਹੈ ਅਤੇ ਜੁੜਵੇਂ ਭਾਵ ਅੰਸ਼ਾਂ ਦੇ ਸੰਯੋਗ ਤੋਂ ਵੀ ਬਣੀ ਹੁੰਦੀ ਹੈ। ਸ਼ਬਦ ਅੱਖਰਾਂ, ਲਗਾਂ ਅਤੇ ਲਗਾਖਰਾਂ ਦੇ ਮੇਲ ਨਾਲ ਬਣਦੇ ਨੇ। ਸ਼ਬਦ ਅੱਖਰਾਂ, ਲਗਾਂ ਅਤੇ ਲਗਾਖਰਾਂ ਦੇ ਮੇਲ ਨਾਲ ਬਣਦੇ ਨੇ। ਅੱਗੇ ਹੈ ਸ਼ਬਦਾਂ ਦਾ ਵਰਗੀਕਰਨ। ਹਾਂਜੀ, ਸ਼ਬਦਾਂ ਦਾ ਵਰਗੀਕਰਨ ਜਿਵੇਂ ਆਪਾਂ ਬੋਲਦੇ ਹਾਂ ਉਸ ਹਿਸਾਬ ਦੇ ਨਾਲ ਇਹ ਅਲੱਗ ਅਲੱਗ ਟਾਈਪ ਦੇ ਨਾਲ ਨੇ। ਠੀਕ ਹੈ, ਉਸ ਤੋਂ ਅੱਗੇ ਜਿਵੇਂ ਹੋਊਗਾ ਉਤਪੰਨ ਰੂਪ ਦੇ ਆਧਾਰ 'ਤੇ ਵਿਕਾਰੀ ਅਤੇ ਅਵਿਕਾਰੀ ਸ਼ਬਦ, ਅਤੇ ਅਰਥ ਦੇ ਆਧਾਰ 'ਤੇ ਸਾਰਥਕ ਨਿਰਾਰਥਕ। ਠੀਕ ਹੈ, ਉਤਪਤੀ ਦੇ ਆਧਾਰ 'ਤੇ ਐਵੇਂ ਅਲੱਗ ਅਲੱਗ ਨੇ ਟਾਈਪਸ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਕਰ ਰਹੇ ਹਾਂ ਕਿ ਜੋ ਆਪਾਂ ਬੋਲਦੇ ਉਹਦੇ ਅਕੋਰਡਿੰਗ ਜਿਹੜੇ ਕਿ ਸ਼ਬਦ ਕਿੰਨੇ ਪ੍ਰਕਾਰ ਦੇ ਨੇ। ਮੂਲ ਸ਼ਬਦ ਅਤੇ ਰਚਿਤ ਸ਼ਬਦ, ਮੂਲ ਸ਼ਬਦ ਅਤੇ ਰਚਿਤ ਸ਼ਬਦ ਦੋ ਪ੍ਰਕਾਰ ਦੇ ਨੇ। ਅੱਗੇ ਰਚਿਤ ਸ਼ਬਦ ਫਿਰ ਤੋਂ ਦੋ ਪ੍ਰਕਾਰ ਦੇ ਹੋਣਗੇ। ਮੂਲ ਸ਼ਬਦ ਕਿਹੜੇ ਹੁੰਦੇ ਨੇ? ਉਹ ਸ਼ਬਦ ਜੋ ਆਪਣੇ ਆਪ ਦੇ ਵਿੱਚ ਇੱਕ ਪੂਰਨ ਇਕਾਈ ਹੁੰਦਾ। ਮੂਲ ਸ਼ਬਦ ਉਹ ਹੁੰਦਾ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਪੂਰਨ ਇਕਾਈ ਹੁੰਦਾ। ਇਸ ਸ਼ਬਦ ਨੂੰ ਅੱਗੇ ਤੋੜਿਆ ਨਹੀਂ ਜਾ ਸਕਦਾ ਅਤੇ ਨਾ ਹੀ ਇਸਦੇ ਬਣਤਰ ਦੇ ਵਿੱਚ ਕਿਸੇ ਸ਼ਬਦ ਜਾਂ ਸ਼ਬਦਾਂਸ਼ ਦਾ ਮੇਲ ਹੋਇਆ ਮਿਲਦਾ, ਜਿਵੇਂ ਕਿ ਕਰ, ਪੜ, ਰੇਤ, ਬਾਗ ਜਾਂ ਤੂੰ। ਅਤੇ ਮੂਲ ਸ਼ਬਦ ਦੇ ਆਪਾਂ ਅੱਗੇ ਅਗੇਤਰ ਲਗਾ ਕੇ ਬਣਾ ਸਕਦੇ ਹਾਂ ਹੋਰ ਸ਼ਬਦ, ਪਿੱਛੇ ਪਿਛੇਤਰ ਲਾ ਕੇ ਆਪਾਂ ਹੋਰ ਸ਼ਬਦ ਬਣਾ ਸਕਦੇ ਹਾਂ। ਠੀਕ ਹੈ, ਮਤਲਬ ਕਿ ਅਗੇਤਰ ਪਿਛੇਤਰ ਹਟਾਉਣ ਤੋਂ ਬਾਅਦ ਜਿਹੜਾ ਸ਼ਬਦ ਵਿਚਕਾਰ ਆਪਾਂ ਨੂੰ ਮਿਲਦਾ ਉਹ ਕੀ ਹੁੰਦਾ? ਮੂਲ ਸ਼ਬਦ ਹੈ। ਅੱਗੇ ਹੈ ਰਚਿਤ ਸ਼ਬਦ। ਰਚਿਤ ਸ਼ਬਦ ਉਹ ਹੁੰਦੇ ਨੇ ਜਿਹੜਾ ਮੂਲ ਸ਼ਬਦ ਤੋਂ ਵੱਖ-ਵੱਖ ਢੰਗਾਂ ਨਾਲ ਰਚਿਆ ਜਾਂਦਾ, ਮਤਲਬ ਕਿ ਉਹ ਸ਼ਬਦ ਜਿਹੜੇ ਕਿ ਮੂਲ ਸ਼ਬਦ ਤੋਂ ਅਲੱਗ ਅਲੱਗ ਢੰਗਾਂ ਨਾਲ ਰਚਿਆ ਜਾਂਦਾ ਉਹਨੂੰ ਆਪਾਂ ਕਹਾਂਗੇ ਰਚਿਤ ਸ਼ਬਦ। ਅਤੇ ਦੋ ਪ੍ਰਕਾਰ ਦੇ ਹੁੰਦੇ ਨੇ, ਇੱਕ ਸਮਾਸੀ ਸ਼ਬਦ ਅਤੇ ਇੱਕ ਉਤਪੰਨ। ਸਮਾਸੀ ਸ਼ਬਦ ਕਿਹੜੇ ਹੁੰਦੇ ਨੇ? ਤੁਹਾਨੂੰ ਵੈਸੇ ਵੀ ਕੁਸ਼ਚਨ ਵੀ ਆਏ ਹੋਏ ਨੇ ਸਮਾਸੀ ਸ਼ੋਰਟ ਕੁਸ਼ਚਨਾਂ 'ਚ। ਸਮਾਸ ਦਾ ਅਰਥ ਹੁੰਦਾ ਜੋੜਨਾ ਜਾਂ ਸੰਖੇਪ, ਜੋੜਨਾ ਜਾਂ ਸੰਖੇਪ। ਠੀਕ ਹੈ, ਜਦੋਂ ਦੋ ਜਾਂ ਤਿੰਨ ਸ਼ਬਦਾਂ ਨੂੰ ਜੋੜ ਕੇ ਉਹਨਾਂ ਦਾ ਸੰਖੇਪ ਰੂਪ ਦੇ ਵਿੱਚ ਆਪਾਂ ਕੋਈ ਨਾਮ ਬਣਾਉਂਦੇ ਹਾਂ ਤਾਂ ਉਹ ਕੀ ਹੋ ਗਿਆ? ਸਮਾਸ ਹੋ ਗਿਆ, ਸਮਾਸੀ ਸ਼ਬਦ ਹੋ ਗਿਆ। ਜਿਵੇਂ ਕਿ ਸੱਜਰੀ ਵਿਆਹੀ ਨੂੰ ਆਪਾਂ ਕੀ ਕਹਿੰਦੇ ਹਾਂ? ਸੱਜ ਵਿਆਹੀ ਕਹਿ ਦਿੰਦੇ ਹਾਂ। ਠੀਕ ਹੈ, ਹੱਥਾਂ ਨੂੰ ਲੱਗਣ ਵਾਲੀ ਕੜੀ ਨੂੰ ਆਪਾਂ ਕੀ ਕਹਿੰਦੇ ਹਾਂ? ਹੱਥ ਕੜੀ ਕਹਿ ਦਿੰਦੇ ਹਾਂ। ਲੋਕ ਰਾਜ, ਲੋਕਾਂ ਦੇ ਰਾਜ ਨੂੰ ਆਪਾਂ ਕਹਿੰਦੇ ਹਾਂ ਲੋਕ ਰਾਜ। ਅਤੇ ਆਪ ਨਾਲ ਵਿੱਤੀ ਆਪਾਂ ਕਹਿ ਦਿੰਦੇ ਹਾਂ ਆਪ ਵਿੱਤੀ। ਠੀਕ ਹੈ, ਜੱਗ ਨਾਲ ਵਿੱਤੀ ਨੂੰ ਆਪਾਂ ਕਹਿੰਦੇ ਹਾਂ ਜੱਗ ਵਿੱਤੀ। ਅਤੇ ਰਾਸ਼ਟਰ ਦਾ ਪਤੀ ਉਹਨੂੰ ਆਪਾਂ ਕਹਿੰਦੇ ਹਾਂ ਰਾਸ਼ਟਰਪਤੀ। ਚਿੜੀਆਂ ਦਾ ਘਰ ਉਹਨੂੰ ਆਪਾਂ ਬੋਲ ਦਿੰਦੇ ਹਾਂ ਚਿੜੀਆ ਘਰ। ਠੀਕ ਹੈ, ਇਹ ਸਾਰੇ ਕੀ ਹੋ ਗਏ? ਸਮਾਸੀ ਸ਼ਬਦ। ਅਤੇ ਕਈ ਵਾਰ ਇੱਕ ਤੁਹਾਨੂੰ ਇੱਕ ਦੋਹਰਾ ਕਤੀ ਵਾਲੇ ਸ਼ਬਦ ਵੀ ਸ਼ੋਰਟ ਕੁਸ਼ਚਨਾਂ 'ਚ ਪੁੱਛ ਲੈਂਦੇ ਨੇ ਵੀ ਜਿਹੜੇ ਦੁਹਰਾਏ ਜਾਂਦੇ ਨੇ, ਰਿਪੀਟ ਹੁੰਦੇ ਨੇ, ਜਿਵੇਂ ਪਿੰਡਾ ਪਿੰਡ, ਪਿੰਡ ਪਿੰਡ, ਘਰ ਘਰ। ਠੀਕ ਹੈ, ਸਾਰੋ ਸਾਰ, ਕਿੱਥੇ ਕਿੱਥੇ, ਕੌਣ ਕੌਣ ਜਾਂ ਸਾਹੋ ਸਾਹ। ਹਾਂਜੀ, ਇਹ ਹੋ ਗਏ ਦੋਹਰਾ ਕਤੀ ਅਤੇ ਸਮਾਸ ਸ਼ਬਦ ਤੁਹਾਨੂੰ ਦੱਸਦੇ। ਨੈਕਸਟ ਉਤਪੰਨ ਸ਼ਬਦ। ਉਤਪੰਨ ਸ਼ਬਦ ਉਹ ਹੁੰਦੇ ਨੇ ਜਿਹੜੇ ਮੂਲ ਸ਼ਬਦ ਤੋਂ ਪਹਿਲਾਂ ਅਗੇਤਰ ਲਗਾ ਕੇ ਪਿੱਛੇ ਪਿਛੇਤਰ ਲਗਾ ਕੇ ਆਪਾਂ ਸ਼ਬਦ ਬਣਾਉਂਦੇ ਉਹ ਕਹਿਣਗੇ ਉਤਪੰਨ ਸ਼ਬਦ। ਜਿਵੇਂ ਦੁਰਘਟਨਾ ਦੇ ਵਿੱਚ ਘਟਨਾ ਮੂਲ ਸ਼ਬਦ ਆ, ਦੁਰ ਲੱਗ ਗਿਆ ਅਗੇਤਰ। ਉਪ ਬੋਲੀ ਦੇ ਵਿੱਚ ਬੋਲੀ ਮੂਲ ਸ਼ਬਦ ਆ, ਉਪ ਲੱਗ ਗਿਆ ਉਹਦੇ ਅੱਗੇ। ਸਦਾਚਾਰ ਦੇ ਵਿੱਚ ਸਦਾ ਮੂਲ ਸ਼ਬਦ ਆ, ਚਾਰ ਲੱਗ ਗਿਆ ਪਿੱਛੇ। ਠੀਕ ਹੈ, ਤਾਂ ਜਾਂ ਆਪਾਂ ਚਾਰ ਨੂੰ ਵੀ ਕਹਿ ਸਕਦੇ ਉਹਦੇ ਅੱਗੇ ਸਦਾ ਲੱਗ ਗਿਆ। ਅਤੇ ਘਬਰਾਹਟ ਦੇ ਵਿੱਚ ਹੱਟ ਜਿਹੜੇ ਕਿ ਪਿਛੇਤਰ ਲੱਗ ਗਿਆ, ਘਬਰਾ ਮੂਲ ਸ਼ਬਦ ਹੋ ਗਿਆ। ਰੂਪ ਦੇ ਆਧਾਰ 'ਤੇ ਵਿਕਾਰੀ ਅਤੇ ਅਵਿਕਾਰੀ। ਵਿਕਾਰੀ ਅਤੇ ਅਵਿਕਾਰੀ ਤੁਹਾਨੂੰ ਸ਼ੋਰਟ ਕੁਸ਼ਚਨ ਲਈ ਵੀ ਇੰਪੋਰਟੈਂਟ ਨੇ। ਵਿਕਾਰੀ ਸ਼ਬਦ ਉਹ ਹੁੰਦੇ ਨੇ ਜਿਹੜੇ ਵਾਕ ਦੇ ਵਿੱਚ ਜਦੋਂ ਵਿਚਰਦੇ ਸਮੇਂ ਲਿੰਗ, ਬਚਨ, ਕਾਰਕ, ਪੁਰਖ ਅਤੇ ਕਾਲ ਦੇ ਪ੍ਰਭਾਵ ਕਰਕੇ ਆਪਣਾ ਰੂਪ ਬਦਲ ਦਿੰਦੇ ਨੇ। ਮਤਲਬ ਕਿ ਜਿਵੇਂ ਦਾ ਲਿੰਗ ਹੋਊਗਾ, ਠੀਕ ਹੈ, ਉਵੇਂ ਦੀ ਉਹਨਾਂ ਦਾ ਕਿਰਿਆ ਰੂਪ ਹੋ ਜਾਂਦਾ। ਜਿਵੇਂ ਦੇ ਬਚਨ ਹੋਣਗੇ ਵੀ ਇੱਕ ਬਚਨ ਆ, ਬਹੁ ਬਚਨ ਆ, ਲਿੰਗ ਦੇ ਵਿੱਚ ਇਸਤਰੀ ਲਿੰਗ ਆ ਜਾਂ ਪੁਰਸ਼ ਲਿੰਗ ਆ। ਠੀਕ ਹੈ, ਕਾਰਕ
ਕਾਲ ਦੇ ਆਧਾਰ 'ਤੇ ਉਵੇਂ ਦਾ ਹੀ ਜਿਹੜਾ ਕਿ ਉਹਦਾ ਸ਼ਬਦ ਚੇਂਜ ਹੋ ਜਾਂਦਾ, ਜਿਵੇਂ ਖਾਂਦਾ ਖਾਧਾ ਖਾਓ, ਜਿਵੇਂ ਆਪਾਂ ਰਿਸਪੈਕਟ ਦੇ ਨਾਲ ਕਹਿ ਦੇਣਾ ਵੀ ਤੁਸੀਂ ਇਹ ਚੀਜ਼ ਖਾਓ, ਠੀਕ ਹੈ ਖਾਓ ਹੋ ਗਿਆ, ਤਾਂ ਤੁਸੀਂ ਦੇ ਨਾਲ ਨਾਲ ਜਿਹੜੇ ਕਿ ਉਹ ਕੀ ਚੇਂਜ ਹੋ ਗਿਆ ਅੱਗੇ ਖਾਓ ਹੋ ਗਿਆ ਵਰਡ, ਜਾਂ ਮੈਂ ਖਾਧਾ ਠੀਕ ਹੈ ਉਹ ਮੈਂ ਦੇ ਨਾਲ ਚੇਂਜ ਹੋ ਗਿਆ, ਅਤੇ ਮੈਂ ਖਾਂਦਾ ਉਹਦੇ ਨਾਲ ਮੈਂ ਦੇ ਨਾਲ ਚੇਂਜ ਹੋ ਗਿਆ, ਖਾਵੇਗਾ ਕਾਲ ਦੇ ਅਕੋਰਡਿੰਗ ਚੇਂਜ ਹੋ ਗਿਆ, ਠੀਕ ਹੈ ਖਾਵਾਂਗਾ ਇਹ ਐਵੇਂ ਇਹ ਚੇਂਜ ਹੋ ਜਾਂਦੇ ਨੇ, ਜਿਵੇਂ ਇੱਕ ਘਰ ਤੋਂ ਘਰਾਂ ਘਰੀ ਘਰੋਂ ਬਣ ਜਾਂਦੇ ਨੇ। ਓਕੇ ਇਹ ਸਾਰੇ ਕੀ ਹੋ ਗਏ ਵਿਕਾਰੀ ਸ਼ਬਦ ਹੋ ਗਏ। ਨਾਮ ਪੜਨਾਂਵ ਵਿਸ਼ੇਸ਼ਣ ਦੇ ਕਿਰਿਆ ਵਰਗ ਵਿਕਾਰੀ ਸ਼ਬਦਾਂ 'ਚ ਆਉਂਦੇ ਨੇ, ਨਾਮ ਚੇਂਜ ਹੋ ਜਾਂਦੇ, ਪੜਨਾਂਵ ਚੇਂਜ ਹੋ ਜਾਂਦੇ, ਵਿਸ਼ੇਸ਼ਣ ਚੇਂਜ ਹੋ ਜਾਂਦੇ ਨੇ, ਕਿਰਿਆ। ਅਤੇ ਅੱਗੇ ਆ ਜਾਣਗੇ ਅਵਿਕਾਰੀ ਸ਼ਬਦ। ਅਵਿਕਾਰੀ ਸ਼ਬਦ ਉਹ ਹੁੰਦੇ ਨੇ ਜਿਹੜੇ ਵਾਕ ਦੇ ਵਿੱਚ ਵਿਚਰਦੇ ਸਮੇਂ ਲਿੰਗ ਬਚਨ ਪੁਰਖ ਅਤੇ ਕਾਲ ਦੇ ਪ੍ਰਭਾਵ ਕਰਕੇ ਆਪਣਾ ਰੂਪ ਨਹੀਂ ਬਦਲਦੇ। ਉਹ ਕਿਹੜੇ ਹੁੰਦੇ ਨੇ? ਅਵਿਕਾਰੀ ਸ਼ਬਦ ਜਿਹੜਾ ਆਪਣਾ ਰੂਪ ਨਹੀਂ ਬਦਲਦੇ। ਇਹਨਾਂ ਦੇ ਵਿੱਚ ਆ ਜਾਣਗੇ ਕਿਰਿਆ ਵਿਸ਼ੇਸ਼ਣ ਆਪਣਾ ਰੂਪ ਨਹੀਂ ਬਦਲਦੀ, ਸੰਬੰਧਕ ਆਪਣਾ ਰੂਪ ਨਹੀਂ ਬਦਲਦੇ, ਯੋਜਕ ਨਹੀਂ ਬਦਲਦੇ, ਵਿਸਮਿਕ ਨਹੀਂ ਬਦਲਦੇ। ਠੀਕ ਹੈ ਅਤੇ ਜਿਵੇਂ ਵਾਸਤੇ ਨੇ ਨੂੰ ਲਈ ਤੋਂ ਵਗੈਰਾ ਉਰੇ ਪਰ ਅੱਜ ਸ਼ਾਬਾਸ਼, ਇਹ ਸਾਰੇ ਕਿਹੜੇ ਨੇ? ਅਵਿਕਾਰੀ ਸ਼ਬਦ ਨੇ। ਅਰਥ ਦੇ ਆਧਾਰ 'ਤੇ ਜੇ ਆਪਾਂ ਕਹਿ ਸਕਦੇ ਹਾਂ ਪਰੰਪਰਾਗਤ ਵਿਆਕਰਨ ਦੇ ਅਕੋਰਡਿੰਗ ਇਹ ਹੈਗੇ ਨੇ ਸਾਰਥਕ ਅਤੇ ਨਿਰਾਰਥਕ ਸ਼ਬਦ। ਸਾਰਥਕ ਉਹ ਸ਼ਬਦ ਹੁੰਦੇ ਨੇ ਜਿਨ੍ਹਾਂ ਦਾ ਆਪਣਾ ਕੋਈ ਅਰਥ ਹੁੰਦਾ, ਜਿਹੜਾ ਕੋਈ ਆਪਣਾ ਵਜੂਦ ਹੁੰਦਾ, ਜਿਵੇਂ ਮਨੁੱਖ, ਜਲ, ਹਵਾ, ਧਰਤੀ, ਕੁੜੀ, ਕਿਤਾਬ ਆਦਿ। ਨਿਰਾਰਥਕ ਸ਼ਬਦ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਅਤੇ ਇਹਨਾਂ ਨੂੰ ਆਪਾਂ ਸਾਰਥਕ ਸ਼ਬਦਾਂ ਨਾਲ ਲਗਾ ਕੇ ਬੋਲੀ ਜਾਂਦੇ ਹੁੰਦੇ ਹਾਂ, ਜਿਵੇਂ ਪਾਣੀ ਪੂਣੀ, ਠੀਕ ਆ ਪਾਣੀ ਪੂਣੀ ਆ ਇਹ, ਜਾਂ ਪਾਣੀ ਧਾਣੀ, ਪਾਣੀ ਧਾਣੀ ਬੋਲਦੇ ਨੇ, ਪਾਣੀ ਪੂਣੀ ਵੀ ਬੋਲ ਦਿੰਦੇ ਆਪਾਂ, ਚਾਹ ਚੂਹ, ਰੋਟੀ ਰਾਟੀ, ਕੁੱਕੜ ਸ਼ੁੱਕੜ, ਠੀਕ ਹੈ ਐਵੇਂ। ਇਹ ਕਿਹੜੇ ਨੇ? ਨਿਰਾਰਥਕ ਸ਼ਬਦ। ਉਸ ਤੋਂ ਬਾਅਦ ਸਾਰਥਕ ਸ਼ਬਦ ਅੱਗੇ 8 ਪ੍ਰਕਾਰ ਦੇ ਹੁੰਦੇ ਨੇ, ਵੀ ਯਾਦ ਰੱਖਣਾ। ਨਾਮ, ਪੜਨਾਂਵ, ਵਿਸ਼ੇਸ਼ਣ, ਕਿਰਿਆ ਵਿਸ਼ੇ ਕਿਰਿਆ ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਿਕ। ਸਾਰਥਕ ਸ਼ਬਦ ਕਿੰਨੇ ਪ੍ਰਕਾਰ ਦੇ ਨੇ? 8 ਪ੍ਰਕਾਰ ਦੇ ਨੇ। ਅੱਗੇ ਹੈਗੇ ਉਤਪਤੀ ਦੇ ਆਧਾਰ 'ਤੇ ਹੈਗੇ ਨੇ ਰੂੜੀ ਅਤੇ ਯੋਗਿਕ। ਰੂੜੀ ਸ਼ਬਦ ਉਹ ਹੁੰਦੇ ਨੇ ਜੋ ਸ਼ਬਦ ਜਾਂ ਸ਼ਬਦਾਂਸ਼ ਦੇ ਮੇਲ ਦੇ ਨਾਲ ਨਹੀਂ ਬਣੇ, ਜਿਹੜੇ ਕਿ ਦੋ ਜਾਂ ਜਿਹੜੇ ਕਿ ਮਤਲਬ ਕਿ ਕਿਸੇ ਹੋਰ ਸ਼ਬਦ ਜਾਂ ਸ਼ਬਦਾਂਸ਼ ਦੇ ਮੇਲ ਨਾਲ ਨਹੀਂ ਬਣਦੇ, ਠੀਕ ਆ। ਉਹਨਾਂ ਦਾ ਆਪਣਾ ਹੀ ਵਜੂਦ ਹੁੰਦਾ, ਜਿਵੇਂ ਹੱਥ, ਚੰਦ, ਘੋੜਾ, ਜੂੰ, ਕੀੜਾ, ਮਸਰ। ਜੋ ਯੋਗਿਕ ਸ਼ਬਦ ਉਹ ਹੁੰਦੇ ਨੇ ਜਿਹੜੇ ਸ਼ਬਦਾਂ ਨਾਲ ਅਗੇਤਰ ਜਾਂ ਪਛੇਤਰ ਲਗਾ ਕੇ, ਜਿਵੇਂ ਉਤਪੰਨ ਸ਼ਬਦ ਹੁੰਦੇ ਨੇ ਉਵੇਂ ਉਹਨਾਂ ਨੂੰ ਆਪਾਂ ਯੋਗਿਕ ਸ਼ਬਦ ਕਹਿ ਦੇਣਾ, ਉਹ ਲਗਾ ਕੇ ਜਿਹੜੇ ਕਿ ਆਪਣੇ ਨਵੇਂ ਰੂਪ ਬਣਾਉਂਦੇ ਨੇ। ਜਿਵੇਂ ਅਜਿੱਤ ਦੇ ਵਿੱਚ ਜਿੱਤ ਸੀ ਮੂਲ ਸ਼ਬਦ, ਅ ਲੱਗ ਗਿਆ ਇਹਦੇ ਅੱਗੇ। ਨਿਰਧਨ ਦੇ ਵਿੱਚ ਧਨ ਸੀ, ਮੂਲ ਸ਼ਬਦ ਨਿਰ ਲੱਗ ਗਿਆ ਅੱਗੇ। ਦੁਰਬਲ ਦੇ ਵਿੱਚ ਦੁਰਬਲ ਦੋ ਅੱਖਰਾਂ ਨੂੰ ਜੋੜ ਕੇ ਬਣ ਗਿਆ, ਘੁਮਿਆਰ, ਕੁਮ ਯਾਰ, ਠੀਕ ਹੈ। ਮਾਪੇ, ਮਾਂ ਪਲੱਸ ਪੇ। ਸੋ ਇਹ ਸੀ ਤੁਹਾਡੇ ਜਿਹੜੇ ਕਿ ਸ਼ਬਦ ਕੀ ਹੈ, ਸ਼ਬਦ ਦੇ ਸ਼ਬਦਾਂ ਦਾ ਵਰਗੀਕਰਨ ਹਰ ਇੱਕ ਪ੍ਰਕਾਰ ਦਾ ਮੈਂ ਤੁਹਾਨੂੰ ਕਰਵਾਇਆ। ਥੈਂਕਸ।